1961 ਬੀਤੇ ਵਰੇ ਵਾਂਗੂ ਇਹ ਵਰਾ ਵੀ ਫਿਲਮੀ ਸੰਤਵਾਸਤੇ ਘਾਟੇ ਦਾ ਵਰਾ ਹੀ ਰਿਆ ਇਸ ਵਰੇ ਕੁੱਲ ਚੌਥੀ ਫਿਲਮਾਂ ਬਣੀਆਂ ਜਿੰਨਾ ਵਿੱਚੋਂ 30 ਉਰਦੂ ਤੇ 4 ਪੰਜਾਬੀ ਸਨ ਸ਼ਬਾਬ ਕਰਨਵੀ ਦੀ ਪਹਿਲੀ ਫਿਲਮ ਸੁਰਈਆ ਇਸ ਵਰੇ ਸਾਹਮਣੇ ਆਈ ਤੇ ਕਾਮਯਾਬ ਰਹੀ ਕਰਾਚੀ ਤੋਂ ਜਾਨਿਸਾਰ ਬਣੀ ਜਿਹੜੀ ਇਸ ਸ਼ਹਿਰ ਤੋਂ ਬਾਹਰ ਨਾ ਨਿਕਲ ਸਕੇ ਇੱਥੇ ਬਣੀ ਤੇ ਇੱਥੇ ਹੀ ਮੁੱਕ ਗਈ ਦੂਜੀ ਕਾਮਯਾਬ ਫਿਲਮ ਸੀ ਅਜਬ ਖਾਨ ਇਹ ਫਿਲਮ ਸੂਬਾ ਸਰਹਦ ਕੇ ਪੀ ਕੇ ਹੋਣ ਦੇ ਇੱਕ ਬਹਾਦਰ ਦੇਸ਼ ਭਗਤ ਦੇ ਜੀਵਨ ਨੂੰ ਸਾਹਮਣੇ ਰੱਖ ਕੇ ਬਣਾਈ ਗਈ ਤੇ ਇਹ ਹੁਣ ਤੱਕ ਦੀ ਪਾਕਿਸਤਾਨ ਦੀ ਪਹਿਲੀ ਤੇ ਆਖਰੀ ਫਿਲਮ ਹੈ ਜਿਹੜੀ ਅਫਰੀਕੀ ਜ਼ੁਬਾਨ ਵਿੱਚ ਵੀ ਡਬ ਕੀਤੀ ਗਈ ਜ਼ਮਾਨਾ ਕੀ ਕਹੇਗਾ ਸਪੇਰਨ ਤੇ ਗੁਲਬਕੌਲੀ ਤਿੰਨ ਹੋਰ ਕਾਮਯਾਬ ਫਿਲਮਾਂ ਸਨ ਜਿਨ੍ਹਾਂ ਨੂੰ ਅਸੀਂ ਵਪਾਰ ਵੱਜੋਂ ਤਾਂ ਕਾਮਯਾਬ ਕਹਿ ਸਕਦੇ ਹਾਂ ਅਸਲ ਵਿੱਚ ਇਹਨਾਂ ਵਿੱਚੋਂ ਕੋਈ ਇੱਕ ਵੀ ਅਜਿਹੀ ਫਿਲਮ ਨਹੀਂ ਸੀ ਜਿੰਨੂੰ ਅਸੀਂ ਇਸ ਵਰੇ ਦੀ ਉਗੜਵੀਂ ਫਿਲਮ ਕਹਿ ਸਕੀ ਗੁਲਬਕੌਲੀ ਪਾਕਿਸਤਾਨ ਦੀ ਉਹ ਪਹਿਲੀ ਫਿਲਮ ਸੀ ਜਿਹਦੇ ਵਿੱਚ ਗਾਣੇ ਰੰਗीन ਦਿੱਤੇ ਗਏ ਤੇ ਪਾਕਿਸਤਾਨ ਵਿੱਚ ਰੰਗीन ਫਿਲਮ ਕਾਰੀ ਦੀ ਨੀ ਰੱਖੀ ਗਈ ਇੰਜ ਹੌਲੀ-ਹੌਲੀ ਬਲੈਕ ਐਂਡ ਵਾਈਟ ਫਿਲਮ ਤੋਂ ਅਸੀਂ ਤਕਨੀਕ ਪੱਖੋਂ ਇੱਕ ਪੈਰ ਫੋਰ ਅੱਗੇ ਵਧ ਗਏ ਇਸ ਵਾਰੇ ਪੰਜਾਬੀ ਜ਼ਬਾਨ ਵਿੱਚ ਕੁੱਲ 4 ਫਿਲਮਾਂ ਬੜੀਆਂ ਤੇ ਚਾਰੇ ਹੀ ਨਾਕਾਮ ਗਈਆਂ ਇਹਨਾਂ ਨਾਕਾਮ ਹੋਣ ਵਾਲੀਆਂ ਫਿਲਮਾਂ ਵਿੱਚ ਆਬਰੂ ਪਹਿਲੀ ਫਿਲਮ ਸੀ ਜਿਹੜੀ 27 ਜਨਵਰੀ ਨੂੰ ਸਿਨੇਮਾ ਵਿੱਚ ਲੱਗੀ ਇਸ ਵਾਰੇ ਦੀ ਦੂਜੀ ਪੰਜਾਬੀ ਫਿਲਮ ਸੀ ਮੰਗਤੀ ਇਹ ਫਿਲਮ ਮੇ ਕੋਈ ਕਾਰੋਬਾਰ ਨਾ ਕਰ ਸਕੇ ਤੀਜੀ ਫਿਲਮ ਡੰਡੀਆਂ ਆਈ ਇਹ ਮਖੌਲੀਆ ਅਦਾਕਾਰ ਮੁਨਵਰ ਜ਼ਰੀਫ ਹਰਾਂਦੀ ਪਹਿਲੀ ਫਿਲਮ ਸੀ ਜ਼ਰੀਫ ਹਰਾਂਦੀ ਜਵਾਨੀ ਵਿੱਚ ਮੌਤ ਹੋ ਜਾਵਣ ਮਗਰੋਂ ਉਹਨਾਂ ਦੇ ਨਿੱਕੇ ਭਰਾ ਮੁਨਵਰ ਨੂੰ ਲਿਆਂਦਾ ਗਿਆ ਆਉਂਦਿਆਂ ਹੀ ਮੁਨਵਰ ਦੀ ਪਹਿਲੀ ਫਿਲਮ ਹੀ ناکਾਮ ਹੋ ਗਈ ਪਰ ਉਸ ਹਿੰਮਤ ਨਾ ਹਾਰੀ ਤੇ ਅਖੀਰ ਉਹ ਮਖੌਲੀਆ ਕਿਰਦਾਰ ਤੋਂ ਅੱਗੇ ਵਧ ਕੇ ਹੀਰੋ ਵੀ ਬਣੇ ਇਸਵਰੇ ਦੀ ਆਖਰੀ ਪੰਜਾਬੀ ਫਿਲਮ ਮੁਫਤ ਪਰ ਇਹ ਫਿਲਮ ਮੇਂ ਨਾਕਾਮ ਹੋਈ ਇੰਜ ਇਸ ਵਰੇ ਬਾਰੇ ਨਿਗਾਰ 골ਡਨ ਜੁਬਲੀ ਵਿੱਚ ਇੰਜ ਲਿਖਿਆ ਗਿਆ ਮਜਬੂਤ ਤੌਰ ਪਰ ਇਸ ਸਾਲ ਪ੍ਰੋਡਿਊਸਰਸ ਨੇ ਬਹੁਤ ਜ਼ਿਆਦਾ ਨੁਕਸਾਨ ਉਠਾਇਆ ਇਸ ਵਰੇ ਵੀ ਮੌਤ ਦੀ ਧਮਕ ਸੁਣਾਈ ਦਿੰਦੀ ਰਹੀ ਆਰ ਡਾਇਰੈਕਟਰ ਇਕਬਾਲ ਸੈਫੀ 9 ਮਹੀਨوں ਲਾਹੌਰ ਵਿੱਚ ਰੱਬ ਨੂੰ ਪਿਆਰੇ ਹੋ ਗਏ ਅਦਾਕਾਰ ਅਲੀ ਬਾਬਾ 19 April ਨੂੰ ਲਾਹੌਰ ਵਿੱਚ ਤੇ ਅਦਾਕਾਰ ਗੁਲਾਮ ਮੁਹੰਮਦ 10 ਮਾਰਚ ਨੂੰ ਇਸੇ ਸ਼ਹਿਰ ਅੰਦਰ ਆਪਣੀ ਜ਼ਿੰਦਗੀ ਦੀ ਬਾਜ਼ੀ ਹਾਰ ਗਏ ਇਸ ਬਾਰੇ ਦੀ ਫਿਲਮੀ ਖੋਜ ਪਰਖ ਵਾਸਤੇ ਵਰਤੇ ਗਏ ਰਸਾਲੇ ਅਖਬਾਰਾਂ ਕਿਤਾਬਾਂ ਤੇ ਰਿਸਰਚ ਆਰਟੀਕਲਸ ਦੇ ਹਵਾਲੇ ਵਨ ਕੀ ਪਾਰੋਂ ਆलम आरा ਬੇਗਮ ਦਾ ਪੋਸਟਰ ਦੇਖੋ